ਬਾਬਾ ਜੀ ਦੀ ਅਪਾਰ ਕਿਰਪਾ ਸਦਕਾ ਸਾਡੀ ਸੰਸਥਾ ਵੱਲੋਂ ਮਿਲ ਕੇ ਛੋਟਾ ਉਪਰਾਲਾ ਕੀਤਾ ਗਿਆ ਵੀ ਜਿਹੜੇ ਜਿਹੜੇ ਜੱਥੇ ਲੰਘ ਰਹੇ ਨੇ ਅਸੀਂ ਉਹਨਾਂ ਦਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਨਮਾਨ ਕੀਤਾ ਜਾ ਰਿਹਾ ਹੈ। ਪੰਡਤਾਂ ਸੇਵਾ ਕਰ ਰਹੀਆਂ ਨੇ, ਸਵੇਰੇ 6 ਵਜੇ ਤੋਂ ਲੱਗੇ ਨੇ ਸੜਕਾਂ ਸਾਫ਼, ਕੋਈ ਲੰਗਰਾਂ ਦੀ ਸੇਵਾ ਕਰ ਰਿਹਾ ਹੈ। ਸੋ ਇਹੋ ਹੀ ਅੰਮ੍ਰਿਤਸਰ ਦੀ ਸਿਫਤ ਹੈ ਕਿ ਗੁਰੂ ਘਰ ਦਾ ਜਾਂ ਕਿਤੇ ਕੋਈ ਵੀ ਧਾਰਮਿਕ ਜਦੋਂ ਪ੍ਰੋਗਰਾਮ ਹੁੰਦਾ ਹੈ ਸਭ ਸੰਗਤਾਂ ਕੋਈ ਧਰਮ ਜਾਤ ਪਾਤ ਉੱਪਰ ਉੱਠ ਕੇ ਇੱਕ ਸਮਾਨ ਹੋ ਕੇ ਸਾਰੇ ਸੇਵਾ ਕਰਦੇ ਨੇ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਨੇ। ਪਹਿਲਾ ਉਪਰਾਲਾ ਸੀ ਸਾਡਾ ਔਰ ਬਹੁਤ ਵਧੀਆ ਲੱਗਾ, ਸਾਨੂੰ ਵੀ ਇਹ ਲੱਗਾ ਕਿ ਵਾਕਈ ਸਾਨੂੰ ਵੀ ਯੋਗਦਾਨ ਪਾਉਣਾ ਚਾਹੀਦਾ ਔਰ ਜਿਹੜੇ ਸੇਵਾ ਕਰਦੇ ਆ ਉਹਨਾਂ ਦਾ ਹੌਸਲਾ ਵੀ ਵਧਾਉਣਾ ਚਾਹੀਦਾ ਕਿ ਬਾਬਾ ਜੀ ਦਾ ਇੱਕ ਸਰੂਪ ਦੇ ਕੇ, ਔਰ ਜਿਹੜਾ ਇਹ ਸਰੂਪ ਨਹੀਂ ਹੈ ਇੱਕ ਬਾਬਾ ਜੀ ਖੁਦ ਸਾਖਸ਼ਾਤ ਉਹਨਾਂ ਦੇ ਘਰ ਬਿਰਾਜਮਾਨ ਹੋ ਜਾਂਦੇ ਆ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਇਸ ਮੌਜੂਦ ਹਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅਤੇ ਦੱਸ ਦਈਏ ਕਿ ਅੱਜ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਜੋ ਨਗਰ ਕੀਰਤਨ ਦੀ ਆਰੰਭਤਾ ਜੋ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਈ ਹੈ, ਤਾਂ ਉਸ ਨਗਰ ਕੀਰਤਨ ਦੇ ਵਿੱਚ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ। ਤੁਸੀਂ ਵੇਖ ਸਕਦੇ ਹੋ ਕਿ ਜੋ ਅੰਮ੍ਰਿਤਸਰ ਸਾਹਿਬ ਦੇ ਵਿੱਚ ਜੋ ਸ਼ਹਿਰ ਵਾਸੀਆਂ ਵੱਲੋਂ ਖਾਸ ਤੌਰ ਦੇ ਉੱਤੇ ਜੋ ਗੁਰੂ ਨਗਰੀ ਸ਼ਹਿਰ ਵਾਸੀਆਂ ਵੱਲੋਂ ਵੱਡੇ ਪੱਧਰ ਦੇ ਉੱਤੇ ਜੋ ਨਗਰ ਕੀਰਤਨ ਦੇ ਵਿੱਚ ਜੋ ਕਿਤੇ ਨਾ ਕਿਤੇ ਹਿੱਸਾ ਪਾਇਆ ਜਾ ਰਿਹਾ, ਨਾਲ ਤੁਸੀਂ ਵੇਖ ਸਕਦੇ ਹੋ ਫੁੱਲਾਂ ਦੀ ਵਰਖਾ ਜੋ ਖਾਸ ਤੌਰ ਦੇ ਉੱਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਕੀਤੀ ਜਾ ਰਹੀ ਆ ਗੁਰੂ ਸਾਹਿਬ ਜੀ ਦੇ ਉੱਤੇ, ਤਾਂ ਇਹ ਇੱਕ ਬਹੁਤ ਹੀ ਨਵੇਕਲੀ ਅਤੇ ਇੱਕ ਪਿਆਰੀਆਂ ਤਸਵੀਰਾਂ ਜੋ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਤੁਸੀਂ ਵੇਖ ਸਕਦੇ ਹੋ ਕਿ ਜੋ ਭਾਵਨਾਵਾਂ ਜੋ ਇੱਥੋਂ ਦੇ ਅੰਮ੍ਰਿਤਸਰ ਵਾਸੀਆਂ ਦੀਆਂ ਹੈਗੀਆਂ ਨੇ ਗੁਰੂ ਸਾਹਿਬ ਪ੍ਰਤੀ, ਤਾਂ ਉੱਥੇ ਹੀ ਇੱਕ ਤੁਸੀਂ ਵੇਖ ਸਕਦੇ ਹੋ ਕਿ ਜਿਸ ਤਰੀਕੇ ਦੇ ਨਾਲ ਸਨਮਾਨ ਜਿੰਨੇ ਵੀ ਗੱਤਕਾ ਹੈੱਡ ਹੈਗੇ ਨੇ ਜਾਂ ਸਕੂਲ ਦੇ ਜਿੰਨੇ ਵੀ ਜੋ ਬੱਚੇ ਨੇ ਉਹਨਾਂ ਨੂੰ ਖਾਸ ਤੌਰ ਦੇ ਉੱਤੇ ਜਿਹੜਾ ਇੱਥੇ ਸਨਮਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਾਸੀਆਂ ਵੱਲੋਂ ਵੀ ਕੀਤਾ ਜਾ ਰਿਹਾ ਅਤੇ ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵਾਹਿਗੁਰੂ ਜੀ, ਅੱਜ ਖਾਸ ਤੌਰ 'ਤੇ ਕਿਉਂਕਿ ਕਾਫੀ ਵੱਡਾ ਦਿਨ ਕਹਿ ਸਕਦੇ ਹਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਜੋ ਆਉਣ ਵਾਲੇ ਕੱਲ੍ਹ ਨੂੰ ਹੈਗਾ, ਪਰ ਅੱਜ ਜੋ ਨਗਰ ਕੀਰਤਨ ਪੂਰੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਕੱਢਿਆ ਜਾ ਰਿਹਾ, ਤਾਂ ਤੁਹਾਡੇ ਵੱਲੋਂ ਕੀ ਉਪਰਾਲਾ ਕੀਤਾ ਗਿਆ? ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਬਾਬਾ ਜੀ ਦੀ ਅਪਾਰ ਕਿਰਪਾ ਸਦਕਾ ਸਾਡੀ ਸੰਸਥਾ ਵੱਲੋਂ ਮਿਲ ਕੇ ਛੋਟਾ ਉਪਰਾਲਾ ਕੀਤਾ ਗਿਆ ਵੀ ਜਿਹੜੇ ਜਿਹੜੇ ਜੱਥੇ ਲੰਘ ਰਹੇ ਨੇ ਅਸੀਂ ਉਹਨਾਂ ਦਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਨਮਾਨ ਕੀਤਾ ਜਾ ਰਿਹਾ ਹੈ। ਔਰ ਬਹੁਤ ਉਤਸ਼ਾਹ ਹੈ ਇੱਥੇ ਜੋ ਸੰਗਤਾਂ ਸੇਵਾ ਕਰ ਰਹੀਆਂ ਨੇ, ਸਵੇਰੇ 6 ਵਜੇ ਤੋਂ ਲੱਗੇ ਨੇ ਸੜਕਾਂ ਸਾਫ਼, ਕੋਈ ਲੰਗਰਾਂ ਦੀ ਸੇਵਾ ਕਰ ਰਿਹਾ ਹੈ। ਸੋ ਇਹੋ ਹੀ ਅੰਮ੍ਰਿਤਸਰ ਦੀ ਸਿਫਤ ਹੈ ਕਿ ਗੁਰੂ ਘਰ ਦਾ ਜਾਂ ਕਿਤੇ ਕੋਈ ਵੀ ਧਾਰਮਿਕ ਜਦੋਂ ਪ੍ਰੋਗਰਾਮ ਹੁੰਦਾ ਹੈ ਸਭ ਸੰਗਤਾਂ ਕੋਈ ਧਰਮ ਜਾਤ ਪਾਤ ਉੱਪਰ ਉੱਠ ਕੇ ਇੱਕ ਸਮਾਨ ਹੋ ਕੇ ਸਾਰੇ ਸੇਵਾ ਕਰਦੇ ਨੇ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਨੇ। ਜਿਸ ਤਰੀਕੇ ਨਾਲ ਤੁਸੀਂ ਇਹ ਜੋ ਬਾਬਾ ਜੀ ਦਾ ਸਰੂਪ ਜੋ ਸ਼ੀਲਡਾਂ ਜੋ ਤਿਆਰ ਕਰਾਈਆਂ ਨੇ, ਤਾਂ ਖਾਸ ਤੌਰ 'ਤੇ ਕੀ ਵਜ੍ਹਾ ਸੀ? ਕਿਉਂਕਿ ਜਿਹੜੇ ਛੋਟੇ ਛੋਟੇ ਬੱਚੇ ਨੇ ਇਸ ਨਗਰ ਕੀਰਤਨ ਦੇ ਵਿੱਚ ਉਹ ਵੀ ਹਿੱਸਾ ਪਾਉਂਦੇ ਦਿਖਾਈ ਦਿੰਦੇ ਨੇ, ਖਾਸ ਤੌਰ 'ਤੇ ਜੇ ਗੱਲ ਕਰ ਲਈਏ ਕਿ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਗੱਤਕਾ ਵੀ ਖੇਡਿਆ ਜਾਂਦਾ, ਤਾਂ ਇਸ ਵਿੱਚ ਖਾਸ ਤੌਰ 'ਤੇ ਉਹਨਾਂ ਨੂੰ ਸਨਮਾਨਿਤ ਕਰਨ ਦੇ ਵਿੱਚ ਜਾਂ ਉਹਨਾਂ ਮਨੋਬਲ ਵਧਾਉਣ ਵਾਸਤੇ ਸੀਗਾ? ਪਹਿਲਾਂ ਤਾਂ ਮੇਰੇ ਵੱਲੋਂ ਮੇਰੇ ਸਾਰੇ ਟੀਮ ਵੱਲੋਂ ਸਾਰਿਆਂ ਵੱਲੋਂ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਸੰਗਤ ਨੂੰ। ਜਿਹੜਾ ਅਸੀਂ ਅੱਜ ਉਪਰਾਲਾ ਕੀਤਾ KVI ਬਲੱਡ ਬੈਂਕ ਵੱਲੋਂ, ਜਿਹੜਾ ਅੱਜ ਰਲ ਕੇ ਅਸੀਂ ਸ਼ੀਲਡਾਂ ਦੇ ਰਹੇ ਹਾਂ, ਸ਼ੀਲਡਾਂ ਨਹੀਂ ਇੱਕ ਬਾਹਰ ਅੱਜ ਦਾ ਸਰੂਪ ਦੇ ਰਹੇ ਹਾਂ ਕਿ ਯਾਦਗਾਰ ਜਿਹਨੂੰ ਨਗਰ ਕੀਰਤਨ ਦੇ ਜਿਹਨੂੰ ਆਪਾਂ ਕਹਿੰਦੇ ਕਿ ਬਹੁਤ ਵੱਡੀ ਸਾਡੇ ਬਾਬਾ ਦੀਪ ਸਿੰਘ ਨੇ ਸਾਡੇ 'ਤੇ ਕੁਰਬਾਨੀਆਂ ਦਿੱਤੀਆਂ। ਅੱਜ ਦੇਖ ਲਓ ਤੁਸੀਂ ਇੰਨਾ ਉਤਸ਼ਾਹ ਵਾ, ਇੱਕ ਛੋਟੇ ਬੱਚੇ ਤੋਂ ਲੈ ਕੇ 100 ਸਾਲ ਦੇ ਬਜ਼ੁਰਗ ਤੱਕ ਤੁਸੀਂ ਵੇਖ ਲਓ, ਅੱਜ ਠੰਡ ਦੇ ਬਾਵਜੂਦ ਵੀ ਨੰਗੀ ਪੈਰੀ ਸੇਵਾ ਚੱਲ ਰਹੀ ਆ। ਔਰ ਕਿੰਨੇ ਦਿਨਾਂ ਤੋਂ ਉਤਸ਼ਾਹ ਹੁੰਦਾ, ਸ਼ਾਮੀ ਦੀਪਮਾਲਾ ਹੋਏਗੀ, ਕੱਲ੍ਹ ਨਗਰ ਕੀਰਤਨ, ਮਤਲਬ ਇੰਨਾ ਉਤਸ਼ਾਹ ਵਾ। ਅੱਜ ਪਹਿਲਾ ਉਪਰਾਲਾ ਸੀ ਸਾਡਾ ਔਰ ਬਹੁਤ ਵਧੀਆ ਲੱਗਾ, ਸਾਨੂੰ ਵੀ ਐਂ ਲੱਗਾ ਕਿ ਵਾਕਈ ਸਾਨੂੰ ਵੀ ਯੋਗਦਾਨ ਪਾਉਣਾ ਚਾਹੀਦਾ ਔਰ ਜਿਹੜੇ ਸੇਵਾ ਕਰਦੇ ਆ ਉਹਨਾਂ ਦਾ ਹੌਸਲਾ ਵੀ ਵਧਾਉਣਾ ਚਾਹੀਦਾ ਕਿ ਬਾਬਾ ਜੀ ਦਾ ਇੱਕ ਸਰੂਪ ਦੇ ਕੇ, ਔਰ ਜਿਹੜਾ ਇਹ ਸਰੂਪ ਨਹੀਂ ਹੈ ਇੱਕ ਬਾਬਾ ਜੀ ਖੁਦ ਸਾਖਸ਼ਾਤ ਉਹਨਾਂ ਦੇ ਘਰ ਬਿਰਾਜਮਾਨ ਹੋ ਜਾਂਦੇ ਆ। ਔਰ ਸਾਡੇ ਗੁਰੂ ਦੀ ਇਹ ਸਿਫਤ, ਜੋ ਮੰਗਿਆ ਸੋ ਪਾਇਆ। ਅੱਜ ਦੇਖ ਲਓ ਤੁਸੀਂ ਹਿੰਦੂ ਸਿੱਖ ਸਭ ਰਲ ਕੇ ਇੱਕ ਗੁਰੂ ਦਾ ਫਲਸਫਾ ਜਿਹੜਾ ਬਾਬਾ ਜੀ ਦਾ ਸਾਡੇ, ਉਹ ਸਾਰੇ ਇੱਕ ਜ਼ਬਾਨ ਨਾਲ ਸਤਨਾਮ ਵਾਹਿਗੁਰੂ ਦੇ ਜਾਪ ਕਰਦੇ, ਪਾਲਕੀ ਸਾਹਿਬ ਜਾ ਰਹੀ, ਮਤਲਬ ਬਹੁਤ ਵਧੀਆ ਇੱਕ ਸਾਡੇ ਬਾਬਾ ਜੀ ਨੇ ਜੋ ਸਾਨੂੰ ਸਿੱਖਿਆ ਦਿੱਤੀ ਉੱਤੇ ਅਸੀਂ ਅੱਜ ਕੁਛ ਚੱਲਦੇ ਹੋਏ ਬੂਰ ਪੈਂਦਾ ਹੋਇਆ ਨਜ਼ਰ ਆ ਰਿਹਾ ਸਾਨੂੰ। ਤੁਹਾਡੇ ਨਾਲ ਤਸਵੀਰਾਂ ਵੀ ਸਾਂਝੀਆਂ ਕੀਤੀਆਂ, ਤਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਜੋ ਨੌਜਵਾਨਾਂ ਵੱਲੋਂ ਖਾਸ ਤੌਰ ਦੇ ਉੱਤੇ ਜਿਹੜਾ ਇੱਕ ਬਾਬਾ ਜੀ ਦਾ ਸਰੂਪ ਦੇਖ ਕੇ ਜੋ ਹੈ ਜਥੇਬੰਦੀਆਂ ਨੂੰ ਤਾਂ ਉੱਥੇ ਸਕੂਲ ਦੇ ਜਿਹੜੇ ਹੈੱਡ ਹੈਗੇ ਨੇ ਬੱਚੇ ਹੈਗੇ ਨੇ ਉਹਨਾਂ ਨੂੰ ਕਿ ਉਹਨਾਂ ਦਾ ਕਿਤੇ ਨਾ ਕਿਤੇ ਮਨੋਬਲ ਵੀ ਵਧਾ ਰਹੇ ਅਤੇ ਨਾਲ ਕਿ ਇੱਕ ਉਹਨਾਂ ਨੂੰ ਗੁਰੂ ਸਿੱਖੀ ਵੱਲ ਖਿੱਚਣ ਵਾਸਤੇ ਇੱਕ ਸਰੂਪ ਜੋ ਉਹਨਾਂ ਵੱਲੋਂ ਦਿੱਤੇ ਗਏ ਨੇ। ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਲੈਕਸਿਸ ਨਗ ਜਗਬਾਣੀ TV।